ਇਹ ਉਹਨਾਂ ਦਾ ਖੁਤਬਾ ਹੈ। ਯਾ ਯੁਹੰਨਾਸ ਫੈਨੀ ਕਦ ਵੁੱਲੀ ਤੋ ਅਲੈਕੁਮ ਵਲਸਤੁ ਬਖੈਰਿਕੁਮ, ਮੈਂ ਲੋਗੋ ਤੁਹਾਰਾ ਮੁਝੇ ਖਲੀਫਾ ਬਣਾ ਦਿਆ ਗਿਆ। ਹਜ਼ਰਤ ਅਬੂ ਉਬੈਦਾ ਬਿਨ ਜਰਾਹ ਕੀ ਕਹਿੰਦੇ ਹੁੰਦੇ ਸੀ, ਜਦੋਂ ਬੈਤ ਹੋਣ ਲੱਗੀ ਨਾ ਤੇ ਹਜ਼ਰਤ ਸਿੱਦੀਕ ਅਕਬਰ ਕਹਿਣ ਲੱਗੇ ਬਈ ਅਬੂ ਉਬੈਦਾ ਦੀ ਬੈਤ ਕਰ ਲਓ, ਮੈਂ ਖਲੀਫਾ ਕੋ ਨਹੀਂ ਬਣਨਾ। ਹਜ਼ਰਤ ਅਬੂ ਉਬੈਦਾ ਫਰਮਾਉਂਦੇ ਨੇ ਸਾਰੀ ਜ਼ਿੰਦਗੀ ਸਿੱਦੀਕ ਅਕਬਰ ਦੀ ਕਿਸੇ ਗੱਲ ਮੈਨੂੰ ਐਸੀ ਨਹੀਂ ਹੋਈ ਮੈਨੂੰ ਚੰਗੀ ਨਾ ਲੱਗੀ ਹੋਵੇ, ਹਰ ਗੱਲ ਮੈਨੂੰ ਸਿੱਦੀਕ ਦੀ ਚੰਗੀ ਲੱਗੀ, ਲੇਕਿਨ ਜਦੋਂ ਉਹਨਾਂ ਕਿਹਾ ਨਾ ਮੇਰੀ ਬੈਤ ਕਰ ਲਓ, ਇਹ ਸਿੱਦੀਕ ਦੀ ਗੱਲ ਮੈਨੂੰ ਚੰਗੀ ਨਹੀਂ ਲੱਗੀ। ਮੈਂ ਕਿੱਥੇ ਤੇ ਸਿੱਦੀਕ ਕਿੱਥੇ? ਅਬੂ ਇਸ ਉਮਤ ਦੇ ਅਮੀਨ ਕਿਉਂ ਜੀ? ਕੁੱਲ ਉਮਤ ਅਮੀਨ ਵਾ ਅਮੀਨ ਹਾਜ਼ਿਲ ਉਮਾ ਅਬੂ ਉਬੈਦਾ ਇਬਨ ਜਰਾਹ। ਹਜ਼ੂਰ ਨੇ ਫਰਮਾ ਹਰ ਉਮਤ ਕਾ ਇੱਕ ਅਮੀਨ, ਲੇਕਿਨ ਮੇਰੀ ਉਮਤ ਕਾ ਅਮੀਨ ਅਬੂ ਉਬੈਦਾ ਬਿਨ ਜਰਾਹ। ਕਿਉਂ? ਫੈਨੀ ਕਦ ਵੁੱਲੀ ਤੋ ਅਲੈਕੁਮ ਵਲਸਤੁ ਬਖੈਰਿਕੁਮ, ਮੈਂ ਤੁਮ ਸੇ ਬਿਹਤਰ ਨਹੀਂ। ਅੱਲਾ, ਬਿਹਤਰ ਤੋ ਹੈ, ਅਫਜ਼ਲ ਉਲ ਖਲਕ ਬਾਦਰ ਰਸੂਲ ਹੈ, ਬਿਹਤਰ ਤੋ ਹੈ, ਲੇਕਿਨ ਫਰਮਾ ਮੈਂ ਇਸ ਵਕਤ ਹੁਕਮਰਾਨੀ ਕੀ ਸੀਟ ਪਰ ਖੜਾ ਹੂੰ। ਅਗੇ ਫੈਨ ਅਹਸਨ ਤੋ ਫਾਇਨੂਨੀ ਵੈਨ ਅਸਾ ਤੋ ਫਕਵਿਮੂਨੀ, ਫਰਮਾ ਯਾਰ ਚੰਗਾ ਕੰਮ ਕਰਾਂ ਮੈਂ ਮੇਰੀ ਮਦਦ ਜ਼ਰੂਰ ਕਰਨਾ, ਜੇ ਭੈੜਾ ਕੰਮ ਕਰਾਂ ਤਾਂ ਮੈਨੂੰ ਸਿੱਧਿਆਂ ਕਰ ਦੇਣਾ ਤੁਸੀਂ। ਆਪਨੇ ਹਮਾਰੇ ਖਿਲਾਫ਼ ਬਾਤ ਕੀ? ਮੈਂ ਕਿਹਾ ਨਹੀਂ, ਮੈਂ ਤਾਂ ਸਿੱਧਿਆਂ ਕਰਨ ਵਾਸਤੇ ਗੱਲ ਕੀਤੀ, ਤੁਹਾਨੂੰ ਸਿੱਧਿਆਂ ਕਰਨ ਵਾਸਤੇ ਗੱਲ ਕੀਤੀ, ਤੁਹਾਡੇ ਖਿਲਾਫ਼ ਤਾਂ ਨਹੀਂ ਕੀਤੀ, ਤੁਹਾਡੇ ਸਿੱਧਿਆਂ ਕਰਨ ਵਾਸਤੇ ਕੀਤੀ। ਬਈ ਕੂੜ ਨਾ ਮਾਰਿਆ ਕਰੋ, ਤੁਹਾਡੀ ਮਿਹਰਬਾਨੀ, 1 ਕਰੋੜ ਨੌਕਰੀ ਦੇਣੀ ਤਾਂ ਦਿਓ, ਇਹ ਕੂੜ ਕਿਉਂ ਮਾਰਿਆ ਕੌਮ ਦੇ ਸਾਹਮਣੇ? ਸਿੱਦੀਕ ਅਕਬਰ ਜਿਹੜੇ ਖੁਤਬੇ 'ਚ ਗੱਲਾਂ ਕੀਤੀਆਂ ਉਹਦੇ 'ਚ ਐਂ ਕਰਕੇ ਦਿਖਾਇਆ ਦੁਨੀਆ ਨੂੰ, ਹਾਲਾਤ ਜਿਹੋ ਜਿਹੇ ਵੀ ਫਿਰ ਹੋ ਗਏ, ਫਿਰ ਸਿੱਦੀਕ ਅਕਬਰ ਮਾ ਮੈਂ ਗੱਲ ਇਹ ਕਰਨੀ ਹੈ, ਕੱਲਿਆਂ ਵੀ ਮੈਂ ਤੁਰ ਪੈਣਾ, ਕੋਈ ਨਾ ਜਾ ਮੈਂ ਕੱਲਿਆਂ ਤੁਰਨਾ, ਆਓ ਗੱਲ ਫਿਰ ਕਿਆ ਹੋਊਗਾ, ਯੂ ਟਰਨ ਲੈਣਾ ਤੋ ਇਸ, ਮੈਂ ਪਹਿਲੇ ਖਲੀਫਾ ਪਹਿਲੇ ਹੁਕਮਰਾਨ, ਇੱਕ ਗੱਲ 'ਤੇ ਵੀ ਯੂ ਟਰਨ ਨਹੀਂ ਲਿਆ। ਫਰਮਾ ਲਸ਼ਕਰ ਉਸਾਮਾ ਜਾਏਗਾ ਗਿਆ ਕਿ ਨਹੀਂ? ਕਿਆਦਤ ਕਿਹਨੇ ਕਰਨੀ? ਉਸਾਮਾ ਬਿਨ ਜ਼ੈਦ ਕਰਨੀ, ਕਿਉਂ ਜੀ? ਗਿਆ ਕਿ ਨਹੀਂ? ਫਰਮਾ ਮਾਨ ਇਹਨੇ ਜ਼ਕਾਤ ਨਾ, ਮੈਂ ਜੰਗ ਕਰਨੀ, ਮੈਂ ਵੱਢ ਕੇ ਰੱਖ ਦਿਆਂਗਾ। ਹਜ਼ਰਤ ਉਮਰ ਕਿਹਾ ਵੀ ਸਹੀ, ਬਾਬਾ ਹੱਥ ਹੌਲਾ ਰੱਖੋ, ਫਰਮਾ ਉਮਰ ਪਿੱਛੇ ਹਟ ਜਾ, ਹੱਥ ਕਹਿ ਅਯੁਨ ਕਸੁਦੀਨ ਵਾਨ ਹਯੁਨ ਵਕਤਮਲ ਵਾਯੋ, ਫਰਮਾ ਹਜ਼ੂਰ ਹਮੇ ਮੁਕੰਮਲ ਦੀਨ ਦੇ ਕਰ ਤਸ਼ਰੀਫ ਲੈ ਗਏ, ਮੇਰੇ ਹੋਤੇ ਹੀ ਕੋਈ ਦੀਨ ਮੈਂ ਕਮੀ ਕਰ ਸਕਦਾ ਹੈ? ਕਿਉਂ ਜੀ? ਗੱਲ ਯਾਦ ਇਤਨੀਆਂ ਵੱਡੀਆਂ, ਬੜਾ ਨਾ ਮਾਰੋ, ਕਿਉਂ ਜੀ? ਇਤਨੀਆਂ ਵੱਡੀਆਂ ਬੜਾ ਨਾ ਮਾਰੋ, ਜੇ ਬੜਾ ਮਾਰੋ ਤਾਂ ਫਿਰ ਜਣੇ ਬਣੋ। ਇਹ ਕਿਆ ਬਾਤੇਂ ਹੋਈ ਜਨਾਬ? ਕਹਿੰਦੇ ਨੇ ਜਿਹੜੀ ਪਹਿਲੀਆਂ ਨੌਕਰੀਆਂ ਨੇ ਅਸੀਂ ਉਹ ਵੀ ਖਤਮ ਕਰ ਦੇਣੀਆਂ, ਤੇ ਤੁਸੀਂ ਇਹਦੇ ਛਣਕਣ ਖਣਵਾਉਣ ਵਾਸਤੇ ਵਜ਼ੀਰ ਬਣਿਓ? ਛਣਕਣੇ ਜਾ ਕੇ ਬਾਜ਼ਾਰ 'ਚ ਖੜਕਾਓ, ਜੇ ਤੁਹਾਡੇ ਕੋਲ ਕੰਮ ਨਹੀਂ ਆਉਂਦੇ ਤੇ ਪਿਛਾਣ ਛੋੜੋ, ਨਾ ਐ ਲੋ ਆ ਲੋਕਾਂ ਨੂੰ ਅੱਗੇ ਲਿਆਓ, ਜਿਹੜਾ ਮੁਲਕ ਸਹੀ ਤੌਰ 'ਤੇ ਚਲਾਉਣ, ਨਾਲੇ ਤੁਹਾਡੇ ਕੋਲ ਮੁਲਕ ਨਹੀਂ ਚੱਲਦਾ, ਨਾਲੇ ਕੌਮ ਦਾ ਮਜ਼ਾਕ ਉਡਾਉਂਦੇ ਹੋ, ਕਹਿੰਦੇ ਅਸੀਂ 400 ਮਹਿਕਮੇ ਖਤਮ ਕਰ ਦੇਣੇ, ਨਹੀਂ ਤੁਸੀਂ ਤਾਂ ਮੁਲਕ ਨੂੰ ਖਤਮ ਕਰਨ ਵਾਸਤੇ ਟੁਰੇ ਹੋਏ ਹੋ, ਕਿਉਂ ਖਤਮ ਕਰ ਦੇਣੇ? ਕਿਉਂ ਖਸਾਰਾ ਹੋਇਆ? ਉਹਦਾ ਹਿਸਾਬ ਇਧਰ ਉਧਰ ਕੀ ਨਾ ਬਾਤ ਕਰ, ਮੁਝੇ ਯੇ ਬਤਾ ਕਿ ਕਾਫਲਾ ਕਿਉਂ ਲੁਟਾ, ਮੁਝੇ ਰਾਜ਼ਨੋਂ ਸੇ ਗਰਜ਼ ਨਹੀਂ, ਤੇਰੀ ਰਾਹਬਰੀ ਕਾ ਸਵਾਲ ਹੈ।